ਜਦੋਂ ਦਾ ਜੰਮਿਆ ਜਣਾ ਚ ਬੈਠਾ ਤੁਹਾਨੂੰ ਹੋਰ ਕੋਈ ਕੰਮ ਹੈਗਾ ਜਦੋਂ ਦੇਖੋ ਆੜੀ ਗੱਲ ਕਰਦੇ ਰਹਿੰਦੇ ਹੋ ਉਹ ਤੈਨੂੰ ਕੰਮ ਕਿਹਾ ਸੀ ਸਕੂਟਰ ਸਰਵਿਸ ਕਰਾ ਲਿਆ ਉਹ ਕਿਉਂ ਸਕੂਟਰ ਦੇ ਮਗਰ ਪਏ ਹੋਏ ਹੋ ਦਾਜ ਚ ਮਿਲਿਆ ਸਕੂਟਰ ਹੈ ਉਹ ਵੇਚ ਦੋ ਉਹਨੂੰ ਉਹ ਲੱਗਦਾ ਦਾਜ ਦਾ ਕੰਜਰਾ ਉਹ ਤੇਰੇ ਤੇ ਤੇਰੀ ਮਾਂ ਨਾਲ ਜ਼ਿਆਦਾ ਸਾਥਾ ਸਕੂਟਰ ਨੇ ਮੇਰਾ ਆਪਾਂ ਹੁਣ ਕਾਰ ਲੈ ਲੈਨੇ ਆ ਆ ਚੰਗਾ ਨਹੀਂ ਲੱਗਦਾ ਤੁਸੀਂ ਟੁੱਟੇ ਸਕੂਟਰ ਤੇ ਜਾਂਦੇ ਹੋ ਨਾਲੇ ਸਾਡਾ ਜਲੂਸ ਕਢਾਉਂਦੇ ਹੋ ਜਿਹੜਾ ਤੂੰ ਜਲੂਸ ਕਢਾਇਆ ਹੈ ਮੇਰਾ ਉਹ ਕੰਮ ਕਰਨ ਦੀ ਕੋਈ ਫਿਕਰ ਨਹੀਂ ਉਹ ਸਾਰੀ ਉਮਰ ਪਈ ਹੈ ਕੰਮ ਕਰਨ ਨੂੰ ਜਦੋਂ ਲੋੜ ਹੋਊਗੀ ਕਰ ਲੂੰਗਾ ਮੈਂ ਜੋ ਤੈਨੂੰ ਕੀ ਹੋਣੀ ਆ ਖਾਣ ਨੂੰ ਰੋਟੀ ਰਹਿਣ ਨੂੰ ਘਰ ਹੋਰ ਕੀ ਭਾਲਦਾ ਤੂੰ ਆਹੋ ਬੜਾ ਸੋਨੇ ਦੇ ਭਾਂਡਿਆਂ 'ਚ ਰੋਟੀ ਦਿੰਨੇ ਹੋ ਤੁਸੀਂ ਕਦੇ ਦਾਲ ਘੱਟ ਜਾਂਦੀ ਹੈ ਕਦੇ ਸਬਜ਼ੀ ਘੱਟ ਜਾਂਦੀ ਹੈ ਅਚਾਰ ਨਾਲ ਤਾਂ ਮੈਂ ਰੋਟੀ ਖਾਣਾ ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਮੈਂ ਤੁਹਾਡਾ ਮੁੰਡਾ ਹੀ ਨਹੀਂ ਹੈਗਾ ਪੇੜਾ ਆਵੇ ਜੇ ਤੇਰਾ ਤੇਰੀ ਹਰਕਤਾਂ ਦੇਖ ਕੇ ਮੈਨੂੰ ਯਕੀਨ ਹੋ ਜਾਂਦਾ ਕਿ ਤੂੰ ਮੇਰਾ ਮੁੰਡਾ ਹੈ ਹੀ ਨਹੀਂ ਤੇ ਹੁਣ ਕੁਝ ਕੰਮ ਕਾਇ ਕਰੇਗਾ ਵੈਸੀ ਜਾਏਂਗੇ ਇੱਥੇ ਜਾਊਂਗਾ ਜਮੀ ਅਜੇ ਤਾਂ ਬਹੁਤ ਹੈ ਵੈਸੇ ਵੀ ਮੇਰੇ ਫੇਸ ਤੇ ਟੈਨਿੰਗ ਬਹੁਤ ਵੱਧ ਰਹੀ ਹੈ ਕੀ ਵੱਧ ਗਈ ਹੈ ਓਹੋ ਮੇਰਾ ਰੰਗ ਕਾਲਾ ਹੋ ਜਾਂਦਾ ਧੁੱਪ 'ਚ ਜਾਣ ਕਰਕੇ ਤੇਰੀ ਜ਼ੁਬਾਨ ਜਿਹੜੀ ਕਾਲੀ ਹੈ ਉਹਦਾ ਕੀ ਜਾਂਦਾ ਕੋਲ ਛੱਡਿਆ ਆ ਘਰ ਬਹਿ ਕੇ ਰਸ਼ ਮਗਾਨ ਤੇ ਲੱਗਾ ਹੋਇਆ ਮੈਨੂੰ ਕਿਉਂ ਵੀ ਕੋਸੀ ਜਾਂਦੇ ਹੋ ਉਹੀ ਹੁੰਦਾ ਜੋ ਰੱਬ ਚਾਹੁੰਦਾ ਹੁੰਦਾ ਕੀ ਪਤਾ ਤੁਹਾਡੇ ਨਾਲ ਆਹੀ ਕੁੱਤੇ ਗਾੜੀ ਕੀ ਹੋਵੇ